ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਅੱਜ ਦੇ ਵਲੌਗ ਦੇ ਵਿੱਚ ਤੇ ਜਿਵੇਂ ਕਿ ਪਿਛਲੇ ਐਤਵਾਰ ਤੇ ਤੁਸੀਂ ਵਲੌਗ ਨੂੰ ਵੇਖ ਕੇ ਆਏ ਸੀ ਵੀ ਆਪਾਂ ਕਾਈਟ ਫਲਾਈਂਗ ਕੰਪੀਟੀਸ਼ਨ ਕਰਾਇਆ ਸੀ ਇੱਕ ਮਿੰਟ ਯਾਰ ਕਾਈਟ ਫਲਾਈਂਗ ਕੰਪੀਟੀਸ਼ਨ ਕਰਾਇਆ ਸੀ ਉਵੇਂ ਹੁਣ ਇਸ ਐਤਵਾਰ ਵੀ ਕਰਾਉਣ ਜਾ ਰਹੇ ਹਾਂ ਪਿੱਛੇ ਪਤੰਗ ਲੋਟ ਹੋ ਰਹੇ ਆ ਤੇ ਐਤਕੀ ਆਪਾਂ ਦੋ ਰਾਊਂਡ ਰੱਖਾਂਗੇ ਤੇ ਉਹ ਦੋ ਰਾਊਂਡ ਉਹਨਾਂ ਨੂੰ ਜਾ ਕੇ ਦੱਸਦੇ ਹਾਂ ਬਿਨਾਂ ਕਿਸੇ ਟਾਈਮ ਵੇਸਟ ਕੀਤੇ ਆਪਾਂ ਚੱਲਦੇ ਹਾਂ ਉਹਨਾਂ ਕੋਲ ਤੇ ਉਹਨਾਂ ਨੂੰ ਰਾਊਂਡ ਦੱਸਦੇ ਹਾਂ ਪਹਿਲਾਂ ਪਤੰਗ ਲੋਟ ਹੋ ਜਾਣ ਉਸ ਤੋਂ ਬਾਅਦ ਦੱਸਦੇ ਹਾਂ ਫਿਰ ਸਾਰੇ ਭਾਜੀ ਹੁਣ ਤਲਾਵਿਆਂ ਦੁਆਲੇ ਹੋਏ ਪਏ ਆ ਤਲਾਵੇਂ ਪਾ ਰਹੇ ਆ ਤੇ ਇਹਨਾਂ ਦੇ ਤਲਾਵੇਂ ਪਾਉਣ ਤੋਂ ਬਾਅਦ ਇਹਨਾਂ ਨੂੰ ਫਸਟ ਰਾਊਂਡ ਦੱਸਾਂਗੇ ਕੀ ਕਰਨਾ ਕੀ ਹੈ ਜਲਦੀ ਜਲਦੀ ਭਾਜੀ ਤਲਾਵੇਂ ਪਾ ਦਿਓ ਫਿਰ ਸਾਰੇ ਹਾਂਜੀ ਸੋ ਭਾਜੀ ਰੈਡੀ ਆ ਸਾਰੇ ਤੇ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣੋ ਇੱਕ ਵਾਰੀ ਪਹਿਲੇ ਰਾਊਂਡ 'ਚ ਜਗ੍ਹਾ ਮਿੱਥ ਲੈਂਦੇ ਆ ਜਿਹੜਾ ਘਰ ਹੈ ਨਾ ਵਾਲਾ ਇੱਥੇ ਤੱਕ ਪਤੰਗ ਪਹੁੰਚਾਉਣਾ ਹੈ ਅਤੇ ਇੱਥੋਂ ਥੱਲੇ ਲਾਉਣਾ ਜਲਦੀ ਜਲਦੀ ਸਮਝ ਆ ਗਈ ਸਾਰਿਆਂ ਨੂੰ ਜਿਹੜਾ ਮਤਲਬ ਜਲਦੀ ਥੱਲੇ ਲਾ ਲੂਗਾ ਉਹ ਵੀਨਰ ਆ ਘਰ ਤੱਕ ਪਤੰਗ ਪਹੁੰਚਾਉਣਾ ਅਤੇ ਥੱਲੇ ਲਾਉਣਾ ਸੋ ਰੈਡੀ ਸਾਰੇ ਇੱਕ ਦੋ ਤਿੰਨ ਸਟਾਰਟ ਕਰ ਦਿਓ ਭਾਜੀ ਉਹ ਘਰ ਤੱਕ ਪਤੰਗ ਪਹੁੰਚਾਉਣਾ ਜਲਦੀ ਡਾਲੋ ਜਿਹਨੇ ਜਲਦੀ ਥੱਲੇ ਲਾ ਲਿਓ ਵਿਨਰ ਆ ਪਹਿਲੇ ਰਾਊਂਡ ਦਾ ਹਾਂਜੀ ਭਾਜੀ ਜਲਦੀ 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 ਪਤੰਗ ਸਾਰੇ ਇੱਕੋ ਨਾਲ ਦੇ ਹੈ ਜਲਦੀ 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 ਇਹ ਉਹ ਵਧਾਓ ਵਧਾਓ ਅਗਲਾ ਕਿਹੜਾ ਪਹੁੰਚਿਆ ਉਹ ਪਹੁੰਚ ਗਿਆ ਪਹਿਲੇ ਨੰਬਰ ਤੇ ਵਧਾਓ ਹੋਰ ਵਧਾਓ ਇਹ ਉਹ ਘਰ ਤੱਕ ਜਿੰਦਾ ਪਹਿਲਾਂ ਪਹੁੰਚਿਆ ਉਹੀ ਥੱਲੇ ਲਾਊਗਾ ਮੇਰੀ ਸਾਰਿਆਂ ਦੇ ਨਿਗਾਹ ਹੈਗੀ ਹੈ ਇਹ ਪਹੁੰਚ ਗਿਆ ਥੱਲੇ ਲਾ ਲਾ ਜਲਦੀ ਜਲਦੀ ਵੇਖ ਲਿਆ ਉਹ ਪਹੁੰਚ ਗਿਆ ਪਤੰਗ ਉਹ ਵਾਲਾ ਅੱਗੇ ਥੱਲੇ ਲਾ ਲਓ ਜਲਦੀ ਇਹ ਹੁਣ ਤੁਸੀਂ ਸਾਹਮਣੇ ਸਾਰਾ ਇਧਰੋਂ ਭਾਜੀ ਪੇਚਾ ਲਾਈ ਜਾਂਦੇ ਆ ਉਹ ਗਿਆ ਚਲਾ ਕਿਹੜਾ ਉਹ ਸਾਡੇ ਮਾਨੂ ਜੀ ਨੇ ਜਲਦੀ ਥੱਲੇ ਲਾ ਲਿਆ ਜਿਹੜਾ ਪਹਿਲਾਂ ਪਹਿਲਾਂ ਪਹੁੰਚਿਆ ਸੀਗਾ ਤੇ ਉਹਨੇ ਥੱਲੇ ਲਾ ਲਿਆ ਜਲਦੀ ਹਾਂਜੀ ਉਹਨਾਂ ਕੋਲ ਪਹੁੰਚਦੇ ਆ ਮੈਂ ਵੀ ਲਾ ਲਿਆ ਸੋ ਲਓ ਜੀ ਪਹਿਲੇ ਰਾਊਂਡ ਦੇ ਵਿਨਰ ਸਾਡੇ ਮਾਨੂ ਜੀ ਜਿਹੜੇ ਕਿ ਪਿਛਲੀ ਵਾਰ ਵੀ ਵਿਨਰ ਬਣੇ ਸੀ ਤੇ ਪਹਿਲੇ ਰਾਊਂਡ ਦੇ ਵਿਨਰ ਬਣ ਚੁੱਕੇ ਆ ਸਾਡੇ ਮਾਨੂ ਤੇ ਇਹਨਾਂ ਨੂੰ ਮਿਲਦਾ ਇੱਕ ਗੁਲਾਬ ਜਾਮਨ ਦਾ ਡੱਬਾ ਜਿਹੜਾ ਕਿ ਆਰਤੀ ਸਵੀਟ ਹਾਊਸ ਤੇ ਰੈਡੀ ਪਿਆ ਤੇ ਮਾਨੂ ਭਾਜੀ ਉੱਥੇ ਪਹੁੰਚ ਕੇ ਮੇਰਾ ਨਾਂ ਲੈ ਕੇ ਚੱਕ ਲਿਓ ਥੈਂਕਸ ਫੋਰ ਪਾਰਟਿਸਪੇਟਿੰਗ ਐ ਮਾਨੂ ਦੀ ਸਕਿੱਲ ਚੈੱਕ ਹੋ ਗਈ ਫਿਰ ਅੱਜ ਮਾਨੂ ਪ੍ਰੋ ਪਲੇਅਰ ਹੈ ਪਤੰਗਾਂ ਦਾ ਮਾਨੂ ਜੀ ਗੁੱਡ ਜੋਬ ਫਿਊ ਮੋਮੈਂਟਸ ਲੇਟਰ ਭਾਜੀ ਸੈਕਿੰਡ ਰਾਊਂਡ ਸਟਾਰਟ ਕਰਨ ਜਾ ਰਹੇ ਹਾਂ ਪਹਿਲੇ ਰਾਊਂਡ ਦੇ ਵਿਨਰ ਸਾਡੇ ਮਾਨੂ ਜੀ ਤੇ ਸੈਕਿੰਡ ਰਾਊਂਡ 'ਚ ਪੇਚੇ ਲਾਣੇ ਜਿਹੜਾ ਬੱਚਾ ਲਾਸਟ ਤੱਕ ਉਹ ਵਿਨਰ ਹੈ 1 2 3 ਡਾਲੋ ਭਾਜੀ ਜਿਹੜਾ ਲਾਸਟ ਤੇ ਬਚਿਆ ਜਿਹੜਾ ਲੁੱਟ ਕੇ ਲਿਆਊਗਾ ਉਹ ਨਹੀਂ ਕਾਊਂਟ ਹੋਣਾ ਅੰਜੇ ਜਲਦੀ 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 ਗੋਲਾ ਨਹੀਂ ਐ ਨਹੀਂ ਜਿੱਤਣਾ ਜਿਹੜਾ ਲਾਸਟ ਤੇ ਬਚਿਆ ਉਹ ਹੀ ਵਿਨਰ ਹੈ ਭਾਜੀ ਹਾਂ ਵੱਢਣੇ ਹੁਣ ਜਿਵੇਂ ਮਰਜ਼ੀ ਵੱਢੋ ਜਿਵੇਂ ਮਰਜ਼ੀ ਵੱਢੋ ਤੁਹਾਡੇ ਤੇ ਹੈ ਬਸ ਬਸ ਆ ਬਾਹਰ ਹੋ ਗਿਆ ਆ ਰਾਊਂਡ 'ਚ ਬਾਹਰ ਹੈ ਖੇੜੇ ਉਹ ਗਿਆ ਇੱਕ ਭਾਜੀ ਉਹ ਚੱਲਿਆ ਹਾਂਜੀ ਉਹ ਗਿਆ ਗੋਲਾ ਵੀ ਗਿਆ ਚੱਲ ਓਏ ਜਾਣੂ ਪੰਗੇ ਨਾ ਲੈ ਯਾਰ ਲਓ ਜੀ ਰਹਿ ਗਏ ਮੈਦਾਨ ਦੇ ਵਿੱਚ 5 ਪਤੰਗ ਰਹਿ ਗਏ ਭਾਜੀ ਇੱਕ ਸਾਡੇ ਦੇਵ ਜੀ ਦਾ ਰਹਿ ਗਿਆ ਪ੍ਰੀਤਮ ਦਾ ਰਹਿ ਗਿਆ ਤੇ ਓਜਸ ਇੱਕ ਆ ਇਹਨਾਂ ਨਾਂ ਕੀ ਪ੍ਰਿੰਸ ਕ੍ਰਿਸ਼ਨਾ ਜੀ ਰਹਿ ਗਏ ਲਓ ਜੀ ਪ੍ਰਿੰਸ ਦਾ ਵੀ ਗਿਆ ਰਾਊਂਡ 'ਚ ਬਾਹਰ ਭਾਜੀ ਇਹ ਪ੍ਰੀਤਮ ਮਾਨੂ ਦੇਵ ਤੇ ਵਿਸ਼ੂ ਆ 4 ਜਣੇ ਰਹਿ ਗਏ ਦੋ ਪਤੰਗ ਆ ਰਹੇ ਜਿਹੜੇ ਬਚੇ ਆ ਤੇ ਇੱਕ ਆ ਰਿਹਾ ਭਾਜੀ ਉੱਪਰ ਆ ਮੇਰੇ ਗੱਲ ਕੁਛ ਨਹੀਂ ਕਰ ਸਕਦੇ ਇਹ ਨਹੀਂ ਪਾਸ ਹੋ ਸਕਦੇ ਇਹ ਪੇਪਰਾਂ 'ਚ ਫੇਲ ਹੁੰਦੇ ਮਾਤਾ ਦਾ ਮਾਲ ਹੈ ਸਾਰੇ ਉਹ ਆ ਗਿਆ ਆ ਗਿਆ ਆ ਗਿਆ ਆ ਗਏ ਆ ਗਏ ਆ ਗਏ ਕਿਹੜਾ ਗਿਆ ਉਹ ਮਾਨੂ ਦਾ ਗਿਆ ਭਾਜੀ ਆ ਚੱਲਿਆ 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 ਉਹ ਜੀ ਮਾਨੂ ਦਾ ਤਾਂ ਗਿਆ ਪਤੰਗ ਆ ਚੱਲਿਆ ਜਿਹੜਾ ਫਸਟ ਰਾਊਂਡ ਦਾ ਵਿਨਰ ਸੀ ਉਹਦਾ ਗਿਆ
ਤੇ ਸਾਡੇ ਦੇਵ ਜੀ ਰਹਿ ਗਏ, ਪ੍ਰੀਤਮ ਰਹਿ ਗਿਆ ਤੇ ਤੀਜਾ ਬੰਦਾ ਸੀ ਵਿਸ਼ੂ। ਇਹਨਾਂ ਦੋਵਾਂ ਚੋਂ ਗੋਲਡਨ ਦਵਾਰ ਤੋਂ ਡਾਲਿਆ, ਉਹਨਾਂ ਦਾ ਆਪਾਂ ਕਾਊਂਟ ਨਹੀਂ ਕਰਨਾ, ਵਿਨਰ ਉਹ ਹੋਊਗਾ ਜਿਹੜੇ ਤਿੰਨਾਂ ਚੋਂ ਰਹੂਗਾ। ਚਲੋ ਤੁਸੀਂ ਵੀ ਗਏ ਫਿਰ। ਇਹ ਦੇਵ ਰਹਿ ਗਿਆ, ਦੇਵ ਦਾ ਅੱਛਾ ਉਹ ਵਾਲਾ ਮੇਰਾ ਕਾਸ਼ ਬਣਾ ਚਲ ਗਿਆ। ਲਓ ਜੀ ਚੱਲ ਜਾਂਦੇ ਵਿਸ਼ੂ ਗਿਆ। ਸੋ ਸੈਕਿੰਡ ਰਾਊਂਡ ਦੇ ਵਿਨਰ ਸਾਡੇ ਪ੍ਰੀਤਮ ਜੀ, ਜਿਹੜਾ ਇਹਨਾਂ ਨੂੰ ਵੀ ਮਿਲਦਾ ਹੈ ਇੱਕ ਖਾਜੂ ਕਤਲੀ ਦਾ ਡੱਬਾ, ਤੇ ਉਹ ਵੀ ਆਰਤੀ ਸਵੀਟ ਹਾਊਸ ਰੈਡੀ ਪਿਆ। ਪ੍ਰੀਤਮ ਜੀ ਜਾ ਕੇ ਚੱਕ ਲਿਓ ਤੇ ਮੇਰਾ ਨਾਮ ਲੈ ਦਿਓ ਉੱਥੇ। ਥੈਂਕ ਯੂ ਫਾਰ ਪਾਰਟਿਸਪੇਟਿੰਗ। ਦੋ ਰਾਊਂਡ ਸੀਗੇ, ਇਹ ਆਪਾਂ ਪੂਰੇ ਕਰ ਲਏ। ਬਾਜੀ ਇੱਧਰ ਵੀ ਇਹਨਾਂ ਨੇ ਸਾਡੇ ਚਿਹਰੇ ਖੜੇ ਖੜੇ ਸੀ। ਹਾਂਜੀ ਲਵੀਸ਼ ਜੀ ਹੈਨੇ ਹੁਣ ਭਾਜੀ ਐਵੇਂ ਡਾ ਸਕਦੇ ਹੋ ਤੁਸੀਂ। ਦੂਜੇ ਰਾਊਂਡ ਦਾ ਵਿਨਰ ਸਾਡਾ ਪ੍ਰੀਤਮ। ਹਾਂਜੀ ਉਹ ਤਾਂ ਐਵੇਂ ਮੱਥਾ ਮਾਰੀ ਜਾਂਦਾ ਆਹ ਖੜਾ ਮੁੰਡਾ। ਅੱਲਾ ਉਹਦਾ ਵੀ ਗਿਆ ਹੋ ਜਾਏ, ਉਹ ਚੱਲਿਆ। ਹੁਣ ਬਸ ਐਵੇਂ ਹੀ ਡਾਈ ਚੱਲੋ ਤੇ ਵੱਢੀ ਚੱਲੋ, ਬਸ ਦੋ ਰਾਊਂਡ ਹੋਣੇ ਸੀ, ਹੋ ਗਏ। ਜਿਵੇਂ ਮਰਜ਼ੀ ਡਾਈ ਚੱਲੋ ਤੇ ਵੱਢੀ ਚੱਲੋ। ਕੀ ਆ ਤੂੰ ਚੱਲ ਦੱਸੀ, ਦੋ ਵੱਡੇ ਆ ਨਾ ਉਹਨੇ ਅੱਲਾ ਪੁੱਛ ਲਾ। ਉਹ ਵੱਡ ਗਿਆ ਮੇਰਾ ਚਲਾ ਗਿਆ। ਗੋਲੇ ਕੋਲ ਚਲਦੇ ਆ। ਜੀ ਭਾਜੀ ਕਿੰਨੇ ਵੜਾ ਲੇ? ਪੰਜ ਛੇ ਵੜਾਏ। ਕਿੰਨੇ ਦੱਸ, ਕਿੰਨੇ ਵੱਡੇ? ਉਡਾਏ ਨੀ ਮੈਂ, ਚਾਰ ਵੱਡੇ ਮੈਂ ਇਕੱਠੇ। ਹਾਂਜੀ ਭਾਜੀ ਕਿੰਨੇ ਵੱਡੇ? ਚਾਰ ਪਾਈ ਵੜਦੇ। ਹਾਂਜੀ ਭਾਜੀ ਕਿੰਨੇ ਵੱਡੇ? ਤਿੰਨ। ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ। ਕਿੰਨੇ ਵੱਡੇ? ਹਾਂਜੀ ਭਾਜੀ ਕਿੰਨੇ ਵੱਡੇ? ਇੱਕ ਵੀ ਨੀ ਵੱਡੇ ਆ, ਰਹਿਣ ਦੇ ਤੂੰ। ਕਿੰਨੇ ਵੱਡੇ ਭਾਜੀ? ਵਾਹ ਜੀ ਵਾਹ। ਕਿੰਨੇ? ਦੋ ਬਸ। ਕ੍ਰਿਸ਼ਨਾ ਜੀ ਕਿੰਨੇ? ਜੀਰੋ। ਚਲੋ ਕੋਈ ਗੱਲ ਨੀ, ਹੁੰਦਾ ਸਾਰਿਆਂ ਨਾਲ ਹੀ। ਇਹਨੂੰ ਤਾਂ ਕੁਛ ਨੀ ਕਰਨਾ ਆਉਂਦਾ। ਹਾਂਜੀ ਐਤਕੀ ਕੰਮ ਲੋਟ ਆ ਗਿਆ ਫਿਰ ਮੇਰੇ ਖਿਆਲ ਵੀ, ਪਿਛਲੀ ਵਾਰੀ ਨਾਲੋਂ ਐਤਕੀ ਬੈਟਰ ਹੋਇਆ ਕੰਮ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਵੀ ਹੋਇਆ। ਲਟੇਰੇ ਪੋਏਗੇ, ਮਿੰਟ ਮਾਰਦੇ ਫਿਰ ਪਹੁੰਚ ਲੱਗਿਆ ਨਾ, ਇੱਕ ਮੰਗੂ ਹੈ, ਲੰਗਰ ਵੇਖ ਕੇ ਭੱਜੇ ਜਾਂਦੇ। ਹੁਣ ਭਾਜੀ ਖਾਚੀ ਵੱਜਣੀ ਹੈ, ਵੇਖੋ ਕੋਈ ਕਿੱਧਰ ਤੁਰਿਆ ਫਿਰਦਾ, ਕੋਈ ਕਿੱਧਰ ਤੇ ਕੋਈ ਕਿੱਧਰ, ਐਵੇਂ ਮੱਥਾ ਮਾਰੀ ਜਾਂਦਾ ਲੋਕਾਂ ਨਾਲ ਜਾ ਜਾ ਕੇ। ਇਹ ਉਹ ਗਿਆ, ਲੁੱਟ ਲਓ ਲੁੱਟ ਲਓ ਲੁੱਟ ਲਓ। ਸੈਕਿੰਡ ਦੋ ਰਾਊਂਡ ਆਪਣੇ ਵਧੀਆ। ਆਪਾਂ ਬਸ ਇਹ ਕਹਿ ਸਕਦੇ ਹਾਂ ਕਿ ਸਾਰਿਆਂ ਨੇ ਵੜਾਏ ਤੇ ਸਾਰਿਆਂ ਨੇ ਉਡਾਏ। ਹੋਰ ਕੁਛ? ਇਹ ਪੋਲੀਟੀਸ਼ੀਅਨ ਹੈ, ਇਹ ਪੋਲੀਟੀਸ਼ੀਅਨ ਬੰਦਾ ਹੈ, ਸਾਨੂੰ ਕਲਿੱਪ ਦੇ ਲਈ। ਸੋ ਭਾਜੀ ਇੱਥੇ ਹੀ ਕਰਦੇ ਆ ਵਲੋਗ ਨੂੰ ਖਤਮ, ਕਿਉਂਕਿ ਹੁਣ ਸਾਰੇ ਖੱਚ ਮਾਰ ਰਿਹਾ, ਕੋਈ ਲੁੱਟ ਕੇ ਲਿਆ ਰਿਹਾ, ਉਡਾ ਰਿਹਾ, ਲੁੱਟ ਕੇ ਲਿਆ ਰਿਹਾ, ਫਿਰ ਉਡਾ ਰਿਹਾ। ਤੇ ਆਪਾਂ ਕਰਦੇ ਆ ਦੋ ਰਾਊਂਡ ਵਧੀਆ ਹੋ ਗਏ, ਤੁਸੀਂ ਵਧੀਆ ਇੰਜੋਏ ਕੀਤੇ ਹੋਣਗੇ। ਤੇ ਮਿਲਦੇ ਆ ਫਿਰ ਅਗਲੇ ਐਤਵਾਰ, ਕੋਈ ਹੋਰ ਮਤਲਬ ਕਰਾਂਗੇ ਕੰਪੀਟੀਸ਼ਨ ਵਗੈਰਾ, ਜਾਂ ਪਤੰਗਾਂ ਦੇ ਹੀ ਕਰਾਂਗੇ ਅਗਲੇ ਐਤਵਾਰ। ਤੇ ਕਰਦੇ ਆ ਵਲੋਗ ਦਾ ਐਂਡ। ਹਾਂਜੀ ਮਲੋਟ ਭਾਜੀ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ। ਚਲੋ।